ਡਿਸਟਰਬ ਤਾਂ ਨਹੀਂ ਕੀਤਾ ਮੈਂ ਤੁਹਾਨੂੰ ਨਹੀਂ ਦੱਸ ਦੋ ਜੇ ਤੁਹਾਨੂੰ ਮੈਂ ਡਿਸਟਰਬ ਕੀਤਾ ਤਾਂ ਮੈਂ ਚੱਲ ਜਾਂਦਾ ਨਾ ਡੇਟ ਤੁਸੀਂ ਆ ਜਾਓ ਅੱਜ ਨਹੀਂ ਨਹੀਂ ਡਿਸਟਰਬ ਨਹੀਂ ਕੀਤਾ ਮੈਂ ਵਿਹਲੇ ਬੈਠੇ ਸੀਗਾ ਨਹੀਂ ਕੀਤਾ ਮੈਂ ਆਇਆ ਤੇ ਮੈਂ ਆਇਆ ਇਸ ਕਰਕੇ ਨਹੀਂ ਮੈਂ ਕਿਹਾ ਮੈਂ ਸ਼ਹਿਰ ਨੂੰ ਚੱਲਾ ਕਿ ਦੇਖ ਤੁਸੀਂ ਕੱਖ ਮੰਗਾਉਣਾ ਹੈ ਤੇ ਤੁਸੀਂ ਮੈਨੂੰ ਦੱਸ ਦੇਵੋ ਨਾ ਲਿਸਟ ਬਣਾ ਕੇ ਦੇ ਦਿਓ ਮੈਨੂੰ ਮੈਂ ਫਿਰ ਜਾ ਕੇ ਉੱਥੇ ਮੈਂ ਲੈ ਆਉਣਾ ਸਮਾਨ ਜੋ ਵੀ ਤੁਹਾਨੂੰ ਚਾਹੀਦਾ ਹੋਊਗਾ ਨਾ ਤੇ ਜੇਕਰ ਕੋਈ ਤੁਹਾਨੂੰ ਸਮਾਨ ਰਹਿ ਜਾਂਦਾ ਤੁਸੀਂ ਨਾ ਮੈਨੂੰ ਚੱਕ ਦੇਣੀ ਫੋਨ ਕਰ ਦਿਓ ਮੈਂ ਉਹ ਸਮਾਨ ਵੀ ਲਿਆਊਂਗਾ ਚਲੋ ਠੀਕ ਹੈ ਤੁਸੀਂ ਮੈਨੂੰ ਲਿਸਟ ਬਣਾ ਕੇ ਹਾਕ ਮਾਰ ਲਓ ਤੇ ਫਿਰ ਮੈਂ ਲੈ ਆਉਣਾ ਸਮਾਨ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਲਿਸਟ ਬਣਾ ਕੇ ਦੱਸ ਦਿੰਦਾ ਨਹੀਂ ਤਾਂ ਮੈਂ ਤੁਹਾਨੂੰ ਉਦੋਂ ਹੀ ਦੱਸ ਦਿੰਦਾ ਤੁਸੀਂ ਬੈਠੋ ਮੈਂ ਸੋਚ ਕੇ ਤੁਹਾਨੂੰ ਦੱਸ ਦਿੰਦਾ ਨਾ ਮੈਂ ਤੇ ਚਲੋ ਫਿਰ ਤੁਸੀਂ ਤੁਸੀਂ 2 ਮਿੰਟ ਵੇਟ ਕਰ ਲਓ ਨਾ ਫਿਰ ਪਾਪਾ ਆਇਆ ਮੈਂ ਸਾਰਾ ਕੁਝ ਮੈਂ ਡਨ ਕਰ ਲਿਆ ਜੋ ਚੀਜ਼ਾਂ ਮੰਗਵਾਉਣੀਆਂ ਛੇਤੀ ਹੋ ਹਾਂਜੀ ਹਾਂਜੀ ਆ ਗਿਆ ਬੇਟੇ ਦੱਸੋ ਤੁਸੀਂ ਡਿਸਾਈਡ ਕਰ ਲਿਓ ਤੇ ਹਾਂਜੀ ਮੈਂ ਤੁਹਾਨੂੰ ਦੱਸਦਾ ਕੀ ਮੰਗਵਾਉਣਾ ਹੈ ਬਿਸਕੁਟ ਭੁਜੀਆਂ ਮੱਠੀਆਂ ਚਟੀਆਂ ਵਿੱਪੀ ਵਿੱਪੀ ਮੈਗੀ ਸ਼ੈਗੀ ਸਾਰਾ ਕੁਝ ਚੱਕ ਲਿਆ ਜੋ ਲੱਟਣ ਬਟਣ ਹੋਊਗਾ ਨਾ ਖਾਣ ਵਾਲੀ ਚੀਜ਼ ਏ ਟੂ ਜਿਹੜੇ ਸਾਰੀਆਂ ਚੀਜ਼ਾਂ ਚੱਕ ਲਿਆ ਆਪਾਂ ਸਾਰੇ ਛਾ ਗਏ ਆਪਾਂ ਠੀਕ ਹੈ ਵਾਹ ਜੀ ਵਾਹ ਹੁਣ ਸ਼ਹਿਜਾਦੇ ਨੂੰ ਏਸੀ ਦੀ ਵੀ ਲੋੜ ਪੈ ਗਈ ਉੱਤੇ ਪੱਖਾ ਲਾਇਆ ਓਏ ਯਾਰ ਪਰ ਐਨੀ ਤਾਂ ਗਰਮੀ ਪੈਂਦੀ ਹੁਣ ਬੰਦਾ ਏਸੀ ਵੀ ਨਹੀਂ ਲਾ ਸਕਦਾ ਉਹ ਪੱਖਾ ਵੀ ਕਿੰਨੇ ਦਾ ਲਾਇਆ ਇੱਕ ਦੇ ਪੱਖਾ ਲਾਇਆ ਮੈਂ ਮੈਨੂੰ ਪਤਾ ਤੁਸੀਂ ਆ ਕੇ ਬੋਲਣ ਆ ਜਾ ਇੰਨੀ ਬਿਜਲੀ ਫੂਕੀ ਜਾਂਦਾ ਬਿੱਲ ਤੇਰੇ ਪੇ ਦਾ ਬਾਹਰ ਇੰਨੀ ਵੀ ਨਹੀਂ ਗਰਮੀ ਹੈਗੀ ਯਾਰ ਕਿੰਨਾ ਬਿੱਲ ਆ ਜੂ 1000 ਆ ਜੂ 2000 ਬਿੱਲ ਆ ਜੂ ਚੱਲ ਏਸੀ ਬੰਦ ਕਰ ਉਹ ਭਰਾ ਕਰ ਦਿੰਦਾ ਪਰ ਕਿੱਥੇ ਰਿਮੋਟ ਕਰਤਾ ਆ ਗਿਆ ਜੇ ਨੂੰ ਯਾਰ ਬਸ ਕਰੋ ਜਾਓ ਬਸ ਕਿਆ ਬੜੀ ਸਵਾਦ ਬਣੀ ਆ ਮਿੱਠਾ ਠੋਕ ਕੇ ਪੱਤੀ ਰੋਕ ਕੇ ਆ ਹਾਂਜੀ ਗੰਦੀ ਇਲਾਦ ਆ ਗਏ ਕੀ ਹੋਇਆ ਲੋਕ ਲੋਕ ਕੇ ਦੇਖਣ ਲੱਗਾ ਨੰਗਿਆ ਗਾ ਨੂੰ ਆਜਾ ਬੋਲ ਕੀ ਗੱਲ ਆ ਉਹ ਡੈਡੀ ਜੀ ਕੁਛ ਨਹੀਂ ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਸੀਗੇ 10 ਰੁਪਏ ਦੇ ਦੇ ਸਿਰਫ ਮੈਨੂੰ ਉਹ ਕਾਹਦੇ 10 ਰੁਪਏ ਹਰ ਮਹੀਨੇ ਤੇਰਾ ਤੂੰ ਟੁੱਟੇ ਛਿੱਤਰਾਂ ਨੂੰ ਮੂੰਹ ਨੂੰ ਵਧੀਆ ਆਉਣਾ ਆ ਕਿਹੜੇ ਦਾ ਮੈਨੂੰ ਪਹਿਲਾਂ ਪਿਛਲੇ ਮਹੀਨੇ ਹਿਸਾਬ ਜਿਹੜੇ 2 ਰੁਪਏ ਮੇਰੇ ਤੋਂ ਲੈ ਕੇ ਗਿਆ ਸੀਗਾ ਦੱਸ ਪਹਿਲਾਂ ਮੈਨੂੰ ਉਹਦਾ ਹਿਸਾਬ ਦੇ ਹੁਣ ਦੇ ਦੋ ਯਾਰ ਮੈਂ ਉਹ 2 ਰੁਪਏ ਚਾਜੇ ਚ ਮੰਨ ਜੀ ਆਉਂਦਾ ਟੌਫੀਆਂ ਨਸੀ ਹੋਣੀਆਂ ਦੋ ਵੀ ਖਿੱਚ ਟੂਬੇ ਹੁਣ ਤਾਂ 2 ਰੁਪਏ ਦੀ ਇੱਕ ਟੌਫੀ ਹੋ ਗਈ ਦੱਸ ਕੀ ਕੀਤਾ 2 ਰੁਪਏ ਦਾ ਪਹਿਲਾਂ ਮੈਨੂੰ ਬੋਲ ਨਹੀਂ ਦੇਣ ਦਾ ਪੈਸੇ ਸਿੱਧੇ ਕਰਿਆ ਛਿੱਤੜੇ ਕਾਇਦ ਕਾਈ ਜਾਂਦੇ ਚੱਲਾ ਮੈਂ ਨਹੀਂ ਪੜ੍ਹਦੇ ਅੱਜ ਦੀਆਂ ਖਬਰਾਂ ਚੀਜ਼ਾਂ ਬਹੀ ਰੋਟੀ ਦੇਣ ਤੇ ਸਹੁਰੇ ਨੇ ਕੀਤਾ ਨੌ ਦਾ ਕਦਰ ਓਹੋ ਬਹੁਤ ਮਾੜੇ ਹਾਲਾਤ ਹੋ ਗਏ ਦੁਨੀਆਂ ਦੇ ਤੁਸ਼ਾਰ ਭਾਤੀਆਂ ਨੇ 100% ਅੰਕ ਲੈ ਕੇ ਆਪਣੇ ਮਾਂ ਪਿਓ ਦਾ ਕੀਤਾ ਗਰਵ ਨਾ ਸੀਨਾ ਚੌੜਾ ਇੱਕ ਆ ਸਾਡਾ ਦੇਖ ਲਓ ਪਬਜੀ ਦੁਆਲੇ ਲੱਗਾ ਰਹਿੰਦਾ ਤੂੰ ਹੀ ਭੋਏ ਜਿਹੜਾ ਆਇਆ ਇਹਨੂੰ ਸਾਰੀ ਦਿਹਾੜੀ ਪਬਜੀ ਕੁੱਟਦਾ ਰਹਿੰਦਾ ਆ ਏਦਾਂ ਨਹੀਂ ਹੈਗਾ ਪੜ੍ਹ ਮੈਂ 1 ਘੰਟਾ ਬਹਿ ਕੇ ਆ ਫੀਸਾਂ ਹੀ ਉੱਦਾਂ ਹੀ ਦੇਈ ਜਾਂਦੇ ਸਦਾਈਆਂ ਵਾਂਗੂ ਹਨਾ ਪੜ੍ਹ ਲਈਦਾ ਹੁੰਦਾ ਬੈਠ ਕੇ ਤੇਰਾ ਪੇਪਰ ਆ ਤੂੰ ਕਿਤਾਬ ਤੂੰ ਚੱਕੀ ਨਹੀਂ ਹੈਗੀ ਉੱਥੇ ਕੀ ਲਿਖੂੰਗਾ ਮੈਡਮ ਤੇ ਅੰਗਰੇਜ਼ੀ ਤੇਰਾ ਪੇਪਰ ਆਏ ਬੋਸ ਪਲੇਇੰਗ ਪਬਜੀ ਪਬਜੀ ਜੋਗਾ ਰਹਿ ਨਾ ਬਸ ਤੂੰ ਮੈਨੂੰ ਵੀ ਪਤਾ ਮੇਰਾ ਪੇਪਰ ਨਹੀਂ ਅਸੀਂ ਤਾਂ ਪਾਗਲਾ ਤੁਹਾਨੂੰ ਕਹੀ ਜਾਂਦੇ ਹਾਂ ਅਸੀਂ ਤੁਹਾਨੂੰ ਕਹਿ ਵੀ ਸਕਦੇ ਐਡਾ ਤੁਹਾਨੂੰ ਪਾਲ ਉਸ ਤੇ ਐਡਾ ਕਰ ਦਿੱਤਾ ਹੈ ਕਰੋ ਆਪਣੀਆਂ ਮਨ ਮਰਜ਼ੀਆਂ ਸਭ ਤੋਂ ਕੀ ਪੁੱਛ ਲਏ ਫਿਰ ਇੱਧਰ ਆ ਪੁੱਤ ਮੇਰਾ ਛੇਤੀ ਆ ਯਾਰ ਤੈਨੂੰ ਅੱਜ ਗੱਲ ਕਰਨੀ ਵਿਹਲੇ ਬਹਿ ਕੇ ਹਾਂਜੀ ਡੈਡੀ ਅੱਛਾ ਆ ਗਿਆ ਬੈਠ ਯਾਰ ਮੁਰੇ ਹਾਂਜੀ ਡੈਡੀ ਹੁਣ ਤੂੰ 18 ਸਾਲਾਂ ਦਾ ਹੋ ਗਿਆ ਯਾਰ ਕੀ ਤੇਰੀਆਂ ਫਰਮਾਇਸ਼ਾਂ ਆਪਾਂ ਸਾਰੀਆਂ ਪੂਰੀਆਂ ਕਰ ਦਿੰਦੇ ਗੱਲ ਕਰ ਮੂੰਹੋਂ ਜੋ ਕੱਢੇਗਾ ਸਾਰਾ ਕੁਝ ਲੈ ਦੇਵਾਂਗੇ ਦੁੱਗ ਦੁੱਗ ਲੈਣੀ ਕਿਹੜਾ ਲੈਣਾ ਕਲਾਸਿਕ ਲੈਣਾ ਬੁਲਟ ਕੱਲੂ ਆਪਾਂ ਨਵਾਂ ਕਢਾ ਲੈਂਦੇ ਗੱਲ ਕਰ ਮੂੰਹੋਂ ਕੱਢ ਯਾਰ ਉਹ ਸੇਬ ਵਾਲਾ ਫੋਨ ਲੈਣਾ ਨਹੀਂ ਨਹੀਂ ਉਹ ਸੇਬ ਵਾਲਾ ਫੋਨ ਨਹੀਂ ਉਹ ਐਪਲ ਆਈਫੋਨ ਕਹਿੰਦੇ ਉਹਨੂੰ ਐਪਲ ਵਾਲਾ ਫੋਨ
ਵਾਹੀ ਐਪਲ ਵਾਲਾ ਕਿਹੜਾ ਮਾਡਲ ਲੈਣਾ 11 ਦਾ ਆਪਾਂ ਕੱਲ ਏਦਾਂ ਕਿਹੜਾ ਲੈਣਾ ਯਾਰ ਮੂੰਹੋਂ ਕੱਢ ਕੇ ਲੈਣਾ ਜਾਣਾ ਹੈ ਕੱਪੜੇ ਰੀੜੇ ਤੈਨੂੰ ਵਾਧੂ ਲੈ ਦਿਆਂਗੇ ਏਦਾਂ ਕਰ ਸਵੇਰ ਨੂੰ 10:30 ਤਿਆਰ ਹੋ ਕੇ ਬੈਠੀ ਆਪਾਂ ਦੋ ਜਣੇ ਆਪਾਂ ਲੱਖਾਂ ਰੁਪਈਆ ਦਾ ਖਰਚ ਨਾ ਕਰੀਏ ਸਵੇਰ ਨੂੰ 10:30 ਟੱਕਰ ਆਪਾਂ ਸਵੇਰ ਨੂੰ ਦੋ ਹੀ ਪੇ ਪੁੱਤੇ ਅੱਗੇ ਸਮਾਨ ਲੈ ਕੇ ਆਉਂਦੇ ਠੀਕ ਆ ਚਲੋ ਠੀਕ ਆ ਪੱਕਾ 10:30 ਸਵੇਰ ਨੂੰ ਹਾਂਜੀ ਠੀਕ ਆ ਮੈਂ ਤਿਆਰ ਰਹੂੰਗਾ ਠੀਕ ਆ ਚਲੋ ਠੀਕ ਆ ਸਵੇਰ ਨੂੰ ਮਿਲਦੇ ਆ ਦੀ ਨੈਕਸਟ ਡੇ ਓ ਯਾਰ ਤੇਰੇ ਚੱਲਾ ਬਾਪੂ ਨਾਲ ਸੋਹਣੀ ਸ਼ਾਪਿੰਗ ਨੀਂਦ ਹਾਂ ਬਈ ਕਿੱਦਾਂ ਨੂੰ ਮੂੰਹ ਚੱਕਿਆ ਬੜਾ ਸਵੇਰੇ ਸਵੇਰੇ ਤਿਆਰ ਹੋਣ ਲੱਗਾ ਆ ਹਾਂਜੀ ਬਾਪੂ ਤੁਸੀਂ ਆਪ ਹੀ ਰਾਤੀ ਕਿਹਾ ਸੀਗਾ ਤਿਆਰ ਹੈ 10:30 ਆਪਾਂ ਚੱਲਾਂਗੇ ਦੋਈਆਂ ਸ਼ਾਪਿੰਗ ਕਰਨ ਜੋ ਤੂੰ ਕਹੇਂਗਾ ਸਾਰਾ ਕੁਝ ਲੈ ਲਓ ਕੀ ਮੈਂ ਮੂੰਹ ਨਹੀਂ ਤੁਹਾਨੂੰ ਕੱਕ ਕਿਹਾ ਰਾਤੀ ਓ ਯਾਰ ਆਹ ਕੰਮ ਥੋੜ੍ਹੀ ਤਾਂ ਤੁਸੀਂ ਆਪ ਦੀ ਗੱਲ ਤੋਂ ਮੁੱਕਰੀ ਜਾਂਦੇ ਹਾਂ ਮੈਨੂੰ ਨਹੀਂ ਪਤਾ ਮੈਨੂੰ ਸ਼ਾਪਿੰਗ ਕਰਾ ਕੇ ਲੈ ਕੇ ਆਓ ਤੁਸੀਂ ਆਪ ਕਹੇ ਦੁੱਖ ਦੁੱਖ ਲੈ ਕੇ ਦੇਵਾਂਗੇ ਉਹ ਆਈਫੋਨ ਲੈ ਕੇ ਦੇਵਾਂਗੇ ਲੀੜੇ ਕੱਪੜੇ ਸਾਰੇ ਲੈ ਕੇ ਦੇਵਾਂਗੇ ਮੈਨੂੰ ਨਹੀਂ ਪਤਾ ਮੈਨੂੰ ਸਾਰਾ ਚੱਲ ਜਾ ਕੇ ਡੰਗਰਾਂ ਨੂੰ ਪੱਠੇ ਵਿਚਾਰੇ ਭੁੱਖੇ ਮਰਦੇ ਜਾ ਕੇ ਧੁੱਪ ਛਾਵੇਂ ਬੰਨ ਜਾ ਕੇ ਪੱਖੇ ਪੁੱਖੇ ਦਾ ਚੱਲ ਹੁਣ ਆਹ ਕੰਮ ਥੋੜ੍ਹੀ ਆ ਯਾਰ ਹੁਣ ਡੰਗਰਾਂ ਨੂੰ ਪੱਠੇ ਪਾਉਣ ਤੋਂ ਉਦੋਂ ਮੈਨੂੰ ਨਹੀਂ ਪਤਾ ਫਿਰ ਕਹਿੰਦੇ ਕਾਹਦੇ ਹੁੰਦੇ ਆ ਯਾਰ ਕਿੱਦਾਂ ਫਿਰ ਸਾਰਿਆਂ ਜੇਕਰ ਤੁਸੀਂ ਇਹ ਵੀਡੀਓ ਇੰਜੋਏ ਕੀਤੀ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਅਤੇ ਸ਼ੇਅਰ ਕਰਿਓ ਆਪਣੇ ਦੋਸਤਾਂ ਦੇ ਨਾਲ ਜੇਕਰ ਤੁਹਾਨੂੰ ਥੋੜ੍ਹਾ ਜਿਹਾ ਵੀ ਹਾਸਾ ਆ ਅਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਚੈਨਲ ਨੂੰ ਅਤੇ ਚਲੋ ਫਿਰ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਹੋਰ ਮੈਂ ਇੱਦਾਂ ਦੀ ਵੀਡੀਓ ਬਣਾਊਂਗਾ ਜੇਕਰ ਇਹ ਵੀਡੀਓ 'ਤੇ ਚੰਗਾ ਰਿਸਪੋਂਸ ਆਇਆ ਅਤੇ ਸਬਸਕ੍ਰਾਈਬ ਜ਼ਰੂਰ ਕਰਕੇ ਆਇਓ ਠੀਕ ਆ ਲਾਈਕ ਕਰਕੇ ਜਾਇਓ ਅਤੇ ਕਮੈਂਟ ਦੱਸ ਕੇ ਜਾਇਓ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ ਅਤੇ ਫਿਰ ਆਪਾਂ ਮਿਲਦੇ ਹਾਂ ਅਗਲੀ ਵੀਡੀਓ 'ਚ ਚੰਗਾ ਫਿਰ ਠੀਕ ਹੈ ਅਤੇ ਕੀ ਮੰਗਵਾਉਣਾ ਇਹ ਆਪਣੇ ਬਿਸਕੁਟ ਭੁਜੀਆ ਲੱਕੜਾਂ ਪਰਨਾ ਮਸ਼ੀਲਾ ਮੁੰਨੀ ਜਵਾਨੀ ਸਾਰੀ ਸਾਰਾ ਕੁਝ ਲਿਆ ਜੋ ਤੁਹਾਨੂੰ